ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਲਸਾਨੀ ਸ਼ਹਾਦਤ ਨੂੰ ਵੇਖਦਿਆਂ ਹੋਇਆਂ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨਤੇ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਚਾਹ ਤੇ ਪ੍ਰਸ਼ਾਦੇ ਦਾ ਲੰਗਰ ਲਗਾਇਆ ਗਿਆ। ਵਿਧਾਇਕ ਦੇਵਮਾਨ ਨੇ ਇਸ ਮੌਕੇ ਕਿਹਾ ਕਿ ਲੱਖਾਂ ਦੀ ਤਾਦਾਦ ਦੇ ਵਿਚ ਸ੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੋਂ ਸੰਗਤਾਂ ਵਾਪਸ ਘਰ ਪਰਤਣਗੀਆਂ, ਜਿਸ ਨੂੰ ਵੇਖਦਿਆਂ ਅੱਜ ਲੰਗਰ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਸੋ ਲੰਗਰ ਖਾਣ ਦੇ ਲਈ ਸੜਕ ਤੇ ਦੂਰ ਦੂਰ ਤੱਕ ਲੰਬੀਆਂ ਲਾਈਨਾਂ ਵੀ ਵਿਖਾਈ ਦਿੱਤੀਆਂ। ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਦਸੰਬਰ ਦਾ ਅਖੀਰਲਾ ਸਮਾਂ ਹੁੰਦਾ ਜੀ, ਦਸੰਬਰ ਮਹੀਨੇ ਦਾ, ਇਹ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੂਰਾ ਪਰਿਵਾਰ, ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਇਹਨਾਂ ਦਿਨਾਂ ਦੇ ਵਿੱਚ ਆਪਣੀ ਕੌਮ ਲਈ, ਇਨਸਾਨੀਅਤ ਲਈ, ਆਪਣੇ ਧਰਮ ਲਈ ਸ਼ਹੀਦ ਹੋਇਆ। ਇਹਦੇ ਵਿੱਚ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਜਿਹੜੇ ਨੇ, ਇਹਨਾਂ ਸਮਿਆਂ ਦੇ ਵਿੱਚ ਹੀ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਸੋ ਅੱਜ MLA ਆਫਿਸ ਨਾਭਾ ਦੇ ਬਾਹਰ ਸਾਰੀ ਸੰਗਤ ਦਾ ਧਿਆਨ ਬਣਿਆ ਕਿ ਲੰਗਰ ਲਾਇਆ ਜਾਵੇ। ਬਹੁਤ ਸਾਰੀ ਸੰਗਤ ਜਿਹੜੀ ਹੈ ਫਤਿਹਗੜ੍ਹ ਸਾਹਿਬ ਨਤਮਸਤਕ ਹੋ ਕੇ ਵਾਪਸ ਜਾ ਰਹੀ ਹੈ। ਸੋ ਰਸਤੇ ਦੇ ਵਿੱਚ ਉਹਨਾਂ ਨੂੰ ਗਰਮ ਚਾਹ ਦਾ ਲੰਗਰ ਦੀ, ਪ੍ਰਸ਼ਾਦੇ ਦਾ ਲੰਗਰ, ਬਿਸਕੁਟ, ਬ੍ਰੈਡ ਵਗੈਰਾ ਜੋ ਵੀ ਸੁਵਿਧਾ ਹੈ ਜੀ ਸਾਰੀ, ਉਹ ਸੰਗਤ ਨੂੰ ਅਸੀਂ ਛਕਾ ਰਹੇ ਹਾਂ ਅਤੇ ਬੜੀ ਸਕੂਨ ਮਿਲਦਾ ਜੀ ਕਿ ਸੇਵਾ ਕਰਕੇ। ਔਰ ਕਿਉਂਕਿ ਸਭ ਦੀ ਸਾਡੀ ਇਹ ਭਾਵਨਾ ਹੈ ਕਿ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਜੀ ਆਪਣੀ ਕੌਮ ਲਈ, ਆਪਣੇ ਦੇਸ਼ ਲਈ, ਇਨਸਾਨੀਅਤ ਲਈ, ਆਪਣੇ ਧਰਮ ਲਈ ਵਾਰਿਆ ਜੀ। ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਜਿਹੜੀ, ਕਿਉਂਕਿ ਦੁਨੀਆ ਦੇ ਮਾਲਕ ਨੇ ਜੀ ਗੁਰੂ ਸਾਹਿਬ, ਪਰ ਉਹਦੀ ਬਣਾਈ ਜਿਹੜੀ ਸਾਰੀ ਕਾਇਨਾਤ ਆ, ਕਿਤੇ ਨਾ ਕਿਤੇ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ। ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਸਾਡੀ ਕੌਮ, ਪੰਜਾਬ, ਪੰਜਾਬੀਅਤ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਔਰ ਪੰਜਾਬ ਜਿਹੜਾ ਹਮੇਸ਼ਾ ਤਰੱਕੀ ਦੇ ਰਾਹ 'ਤੇ ਰਹੇ। ਔਰ ਸਾਡੀ ਸਰਕਾਰ ਵੀ ਭਗਵੰਤ ਮਾਨ ਸਾਹਿਬ ਹੋਣੀ, ਅਸੀਂ ਸਾਰੇ ਮਿਲ ਕੇ ਪੰਜਾਬ ਲਈ ਕੰਮ ਕਰ ਰਹੇ ਹਾਂ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਦੇ ਵਿੱਚੋਂ ਉਹਨਾਂ ਨੂੰ ਕੱਢਿਆ ਜਾ ਸਕੇ। ਸੋ ਇਹ ਲੰਗਰ ਲਾਉਣ ਦਾ ਮਕਸਦ ਜਿਹੜਾ ਜੀ ਇਹੀ ਹੈ ਕਿ ਅੱਗੇ ਕੀ ਹੁੰਦਾ ਸੀ ਕਿ ਆਮ ਪਿੰਡਾਂ 'ਚੋਂ, ਆਮ ਸ਼ਹਿਰਾਂ 'ਚੋਂ ਸੰਗਤ ਜਿਹੜੀ ਆ ਲੰਗਰ ਲਾਉਂਦੀ ਹੈ ਜੀ, ਪਰ ਪੋਲੀਟੀਕਲ ਬੰਦੇ ਜਿਹੜੇ ਆ ਬਹੁਤ ਘੱਟ ਲੰਗਰ ਲਾਉਂਦੇ ਨੇ ਜੀ। ਅਤੇ ਪਰ ਇੱਕ ਕੋਸ਼ਿਸ਼ ਕਰ ਰਹੇ ਹਾਂ ਨਿਮਾਣੀ ਜੀ ਸੰਗਤ ਦੇ ਸਹਿਯੋਗ ਨਾਲ ਕਿ ਲੰਗਰ ਲਾ ਕੇ, ਕਿ ਕਿਤੇ ਨਾ ਕਿਤੇ ਜਿਹੜਾ ਵੀ ਰਸਤੇ 'ਤੇ ਰਾਹਗੀਰ ਹੈ, ਜਿਹੜਾ ਗੁਰੂ ਸਾਹਿਬ ਦੀ ਧਰਤੀ ਦੇ ਨਤਮਸਤਕ ਹੋ ਗਿਆ, ਉਹਨਾਂ ਦੀ ਸੇਵਾ ਕਰ ਸਕੇ। ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦਾ? ਨਵੀਂ ਪੀੜ੍ਹੀ ਨੂੰ ਮੈਂ ਬੇਨਤੀ ਕਰਦਾ ਜੀ, ਮੈਂ ਜਿੱਥੇ ਵੀ ਗਿਆ ਤਕਰੀਬਨ ਮੈਂ ਨਾਭਾ ਵਿਧਾਨ ਸਭਾ ਦੇ ਘੱਟੋ ਘੱਟ 60 ਤੋਂ ਉੱਪਰ ਲੰਗਰਾਂ ਦੇ ਵਿੱਚ ਹਾਜ਼ਰੀ ਲਵਾਈ ਹੈ, ਸੇਵਾ ਵੀ ਕੀਤੀ ਹੈ। ਔਰ ਉੱਥੇ ਜਿਹੜੇ ਬੱਚੇ ਹੁੰਦੇ ਸੀ, ਮੈਂ ਉਹਨਾਂ ਨੂੰ ਪੁੱਛਦਾ ਸੀ ਕਿ ਜਿਹੜਾ ਅੱਜ ਦਾ ਇਹ ਲੰਗਰ ਲਾਇਆ, ਅੱਜ ਦਾ ਆਪਾਂ ਦਿਹਾੜਾ ਮਨਾ ਰਹੇ ਹਾਂ, ਇਹਦਾ ਮਕਸਦ ਕੀ ਹੈ ਜੀ, ਜੋੜ ਮੇਲੇ ਦਾ ਮਕਸਦ ਕੀ ਹੈ ਇਹਦਾ? ਤਾਂ ਬੱਚੇ, ਕਈ ਬੱਚੇ ਤਾਂ ਪਰਫੈਕਟਲੀ ਦੱਸਦੇ ਸੀ ਕਿ ਵੀ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਉਹਨਾਂ ਦੀ ਯਾਦ ਦੇ ਵਿੱਚ ਕੀਤਾ ਜਾ ਰਿਹਾ। ਅਤੇ ਕਈ ਬੱਚਿਆਂ ਨੂੰ ਨਹੀਂ ਸੀ ਪਤਾ, ਕਈ ਯੰਗ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ, ਬਜ਼ੁਰਗ ਮਾਤਾਵਾਂ ਨੂੰ ਵੀ ਨਹੀਂ ਸੀ ਪਤਾ। ਤਾਂ ਫਿਰ ਕੋਸ਼ਿਸ਼ ਕੀਤੀ ਕਿ ਹਰੇਕ ਨੂੰ ਦੱਸਿਆ ਜਾਵੇ ਕਿ ਇਹ ਜਿਹੜਾ ਸ਼ਹੀਦੀ ਦਿਹਾੜਾ ਕਿਉਂ ਮਨਾਇਆ ਜਾ ਰਿਹਾ, ਕਿਉਂ ਜੋੜ ਮੇਲਾ ਲੱਗ ਰਿਹਾ, ਕਿਉਂ ਇੰਨੀ ਸੰਗਤ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਤੋਂ ਸਰਹੰਦ ਦੀ ਧਰਤੀ ਦੇ ਉੱਪਰ ਨਤਮਸਤਕ ਹੋਣ ਵਾਸਤੇ ਆ ਰਹੀ ਹੈ। ਸੋ ਕਿਤੇ ਨਾ ਕਿਤੇ ਇਸ ਚੀਜ਼ ਦਾ ਪ੍ਰਚਾਰ ਜਿਹੜਾ ਉਹ ਹੋਣਾ ਚਾਹੀਦਾ, ਉਹਦੇ ਸਮਾਗਮ ਤੋਂ ਪਹਿਲਾਂ, ਇਹ ਜੋੜ ਮੇਲੇ ਤੋਂ ਪਹਿਲਾਂ ਕੋਈ ਨਾ ਕੋਈ ਪੈਂਫਲੈਟ, ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਨਾ ਕੋਈ ਐਸੀ ਮੁਹਿੰਮ ਚਲਾਉਣੀ ਚਾਹੀਦੀ ਜਿਹਦੇ ਨਾਲ ਪੂਰਾ ਸਾਡਾ ਇਤਿਹਾਸ ਪਤਾ ਲੱਗੇ, ਜਿਹੜੇ ਨਵੇਂ ਬੱਚੇ ਨੇ ਜਿਹਨਾਂ ਨੂੰ ਨਹੀਂ ਪਤਾ ਕਿ ਸਾਡੀ ਕੌਮ ਜਿਹੜੀ ਹੈ, ਸਾਡਾ ਜਿਹੜਾ ਧਰਮ ਜਿਹੜਾ ਹੈ, ਇਹ ਕਿੱਡਾ ਪਰਪੱਕ ਹੈ ਜੀ, ਕਿੱਡੀ ਵੱਡੀ ਕੁਰਬਾਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੇ ਲਈ ਆਪਣਾ ਸੀਸ ਕਟਾਤਾ ਜੀ, ਠੀਕ ਹੈ ਜੀ, ਕਿਉਂਕਿ ਉਹਨਾਂ ਨੂੰ ਧਰਮ ਪਰਿਵਰਤਨ ਲਈ ਕਹਿ ਰਹੇ ਸੀ।
ਔਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਧਰਮ ਦੇ ਲਈ ਇਨਸਾਨੀਅਤ ਵਾਸਤੇ ਆਪਣਾ ਸਾਰਾ ਪਰਿਵਾਰ ਵਾਰਤਾ। ਇਹ ਬਹੁਤ ਵੱਡੀ ਗੱਲ ਹੈ, ਪੂਰੀ ਦੁਨੀਆ ਦੇ ਵਿੱਚ ਕੋਈ ਐਸੀ ਉਦਾਹਰਣ ਨਹੀਂ ਮਿਲਦੀ ਜਿਹੜੀ ਇਸ ਤਰ੍ਹਾਂ ਦੀ ਹੋਵੇ। ਇਹ ਸਿਰਫ ਅਤੇ ਸਿਰਫ ਪੰਜਾਬ ਦੀ ਇਸ ਜ਼ਰਖੇਜ਼ ਮਿੱਟੀ ਜਿਹੜੀ ਕਿ ਜਿਹਦੇ ਵਿੱਚ ਵੱਡੇ ਵੱਡੇ ਯੋਧਾ ਪੈਦੇ ਹੋਏ ਨੇ, ਵੱਡੇ ਵੱਡੇ ਪੀਰ ਫਕੀਰ ਪੈਦਾ ਹੋਏ ਨੇ, ਇਹ ਬਖਸ਼ਿਸ਼ ਇੱਥੇ ਹੀ ਹੈ। ਸੋ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਸਾਰੇ ਉਹ ਚੀਜ਼ ਨੂੰ ਜਾਣ ਕੇ ਫਿਰ ਉਹਨੂੰ ਆਪਾਂ ਜਿਹੜਾ ਉਹਦੇ ਵਿੱਚ ਇਨਵੋਲਵ ਹੋਈਏ ਤਾਂ ਉਹਦਾ ਜਿਹੜਾ ਆਪਾਂ ਨੂੰ ਮਕਸਦ ਵੀ ਪਤਾ ਲੱਗਦਾ ਅਤੇ ਆਪਾਂ ਕਿਸੇ ਨੂੰ ਦੱਸ ਵੀ ਸਕਦੇ ਹਾਂ ਕਿ ਅੱਜ ਜਿਹੜਾ ਲੰਗਰ ਹੈ, ਕਿਉਂਕਿ ਅਖੀਰ ਦੇ ਵਿੱਚ ਕਿਉਂਕਿ ਭੀੜ ਬਹੁਤ ਹੁੰਦੀ ਹੈ, ਹਜ਼ਾਰਾਂ ਨਹੀਂ ਮੈਂ ਤਾਂ ਕਹਿੰਦਾ ਲੱਖਾਂ ਕਰੋੜ ਤੋਂ ਵੀ ਉੱਪਰ ਸੰਗਤ ਜਿਹੜੀ ਹੈ ਮੱਥਾ ਟੇਕਦੀ ਹੈ ਜੀ, ਅਤੇ ਉਹ ਸੰਗਤ ਨੂੰ ਜਦੋਂ ਰਸਤੇ 'ਚ ਆਉਂਦੀ ਹੈ ਕੋਈ ਕਿਤੋਂ ਇੱਥੋਂ ਆਹ ਜਿਹੜਾ ਰੂਟ ਹੈ ਜੀ, ਇਹ ਸੰਗਰੂਰ ਬਠਿੰਡਾ ਫਾਜ਼ਿਲਕਾ ਬਹੋਰ ਸਾਰੀ ਸੰਗਤ ਇੱਧਰੋਂ ਆਉਂਦੀ ਹੈ ਜੀ। ਲੰਮਾ ਸਫ਼ਰ ਹੈ ਜੀ, ਟਰੈਕਟਰ ਟਰਾਲੀ ਦੇ ਟਾਈਮ ਬਹੁਤ ਲੱਗਦਾ ਆਉਣ ਜਾਣ ਨੂੰ, ਪਰ ਬਜ਼ੁਰਗ ਨੇ, ਮਾਤਾਵਾਂ ਨੇ, ਬੱਚੇ ਨੇ, ਭੈਣਾਂ ਨੇ ਸਾਡੀਆਂ, ਭਰਾ ਨੇ ਸਾਡੇ, ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸੇਵਾ ਕਰ ਥੋੜ੍ਹੀ ਬਹੁਤੀ ਚਾਹ ਦੀ ਸੇਵਾ ਕਰਕੇ, ਲੰਗਰ ਦੀ ਸੇਵਾ ਕਰਕੇ, ਅਤੇ ਮਕਸਦ ਇਹ ਹੈ ਕਿ ਉਹਨਾਂ ਨੂੰ ਕਿਤੇ ਰਾਹ 'ਚ ਕੋਈ ਤਕਲੀਫ ਨਾ ਹੋਵੇ। ਸਾਡੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ਹੀਦੀ ਨੂੰ ਦੇਖਦੇ ਫਤਿਹਗੜ੍ਹ ਸਾਹਿਬ ਜੋੜ ਮੇਲਾ ਸੀਗਾ ਜੀ। ਹਰ ਸਾਲ ਦੀ ਤਰ੍ਹਾਂ ਜੋ ਮੋਹਾਲੀ ਵਾਲੇ ਸੰਤ ਨੇ ਉੱਥੋਂ ਨਗਰ ਕੀਰਤਨ ਲੈ ਕੇ ਆਉਂਦੇ ਨੇ, ਉਸ ਨਗਰ ਕੀਰਤਨ ਦੀ ਜੋ ਸੇਵਾ ਲੱਗੀ ਹੈ ਜੀ MLA ਸਾਹਿਬ ਦੇ ਦਫ਼ਤਰ ਵੱਲੋਂ ਪ੍ਰਸ਼ਾਦੇ ਦੀ, ਜੋ ਵੀ ਚਾਹ ਪਾਣੀ ਦੀ ਲਾਈ ਹੈ, ਅਤੇ ਸ਼ਲਾਘਾਯੋਗ ਕਦਮ MLA ਸਾਹਿਬ ਦੇ, ਅਤੇ ਬੜਾ ਵਧੀਆ ਲੱਗ ਰਿਹਾ। ਸੇਵਾ ਕਰ ਰਹੇ ਨੇ ਸਾਡੇ MLA ਸਾਹਿਬ ਅਤੇ ਹੋਰ ਸਾਡੇ ਪਾਰਟੀ ਜਿੰਨੇ ਵਲੰਟੀਅਰ ਨੇ, ਸਾਡੇ ਪ੍ਰਧਾਨ ਜੀ, ਟਰੱਕ ਯੂਨੀਅਨ ਪ੍ਰਧਾਨ, ਨਗਰ ਕੌਂਸਲ ਪ੍ਰਧਾਨ, ਅਤੇ ਭਾਰਸੋ ਟਰੱਕ ਯੂਨੀਅਨ ਪ੍ਰਧਾਨ ਚੇਅਰਮੈਨ, ਸਾਡੇ ਭਾਰਸੋ ਸਾਰੇ ਲੱਗੇ ਹੋਏ ਨੇ ਉਰੇ ਸੇਵਾ ਕਰਨ, ਅਤੇ ਬੜਾ ਵਧੀਆ ਲੱਗ ਰਿਹਾ। ਸੁਭਾਗਾ ਮੌਕਾ ਜੀ ਜੋ MLA ਸਾਹਿਬ ਦੀ ਰਹਿਨੁਮਾਈ ਹੇਠ ਕਰਨ ਦੀ ਸੇਵਾ ਮਿਲੀ ਹੈ ਜੀ। ਸਰਬੱਤ ਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਜੋ ਸ਼ਹਾਦਤਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਸ਼ਹੀਦੀ ਜੋੜ ਮੇਲੇ 'ਤੇ ਦੁਨੀਆ ਭਰ ਦੇ ਵਿੱਚ ਲੰਗਰ ਲੱਗ ਰਹੇ ਨੇ। ਇਸੇ ਨੂੰ ਸਮਰਪਿਤ ਸਾਡੇ MLA ਸਾਹਿਬ ਨੇ ਵੀ ਜਿੰਨਾ ਵੀ ਤਿਲ ਫੁੱਲ ਹੋ ਸਕਦਾ ਸਾਥ ਲੈ ਕੇ ਲੰਗਰ ਚਲਾਇਆ। ਸਾਡੇ ਸਾਹਿਬਜ਼ਾਦਿਆਂ ਨੂੰ ਇਸ ਵਾਹਿਗੁਰੂ ਜੀ ਕਾ ਖਾਲਸਾ। ਸ਼ਹੀਦੀ ਜੋੜ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਨਾਭੇ MLA ਦਫ਼ਤਰ ਦੇ ਬਾਹਰ ਜੀ ਲੰਗਰ ਲਗਾਇਆ ਗਿਆ। MLA ਸਾਹਿਬ ਦੇ ਦਫ਼ਤਰ ਦੇ ਬਾਹਰ ਇਹੀ ਹੈ ਵੀ ਜੋ ਰਾਹੀਗੀਰ ਆਉਂਦੇ ਆ ਜੀ, ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਜੀ, ਸਭ ਲੰਗਰ ਛਕਣ।